ਸਾਨੂੰ ਇਹ ਕੱਲ੍ਹ ਪਤਾ ਲੱਗਾ ਕਿ SST ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰਾਣੀ ਰੱਖੀ ਸੀ, ਉਹਨੂੰ ਰੱਖੀ ਨੂੰ ਅਜੇ ਸਿਰਫ 6 ਦਿਨ ਹੋਇਆ ਸੀ, 1 ਹਫ਼ਤਾ ਹੀ ਹੋਇਆ ਸੀ, ਅਤੇ ਘਰ ਦੇ ਵਿੱਚ ਸਿਰਫ ਉਹ ਪਿਓ ਪੁੱਤੇ ਸੀ, ਵਾਈਫ ਕਿਤੇ ਬਾਹਰ ਗਈ ਹੋਈ ਸੀ, ਅਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਮਿਕਸ ਕੀਤੀਆਂ ਸੀ, ਅਤੇ ਜਦੋਂ ਆਦਮੀ ਨੇ ਥੋੜ੍ਹਾ ਖਾਣਾ ਖਾਧਾ ਤਾਂ ਨੀਂਦ ਆ ਰਹੀ ਹੈ, ਅਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਮੋਨ ਨੂੰ ਕਾਲ ਕੀਤੀ ਵੀ ਘਰ ਜਲਦੀ ਆ ਜਾਓ। ਜਦੋਂ ਘਰ ਉਹ 5 ਮਿੰਟ ਬਾਅਦ ਸ਼ਾਇਦ ਉਹ ਘਰ ਆਇਆ ਤਾਂ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਕਿਸੇ ਨੂੰ ਫੋਨ ਕੀਤਾ, ਉਹ ਨਾਲ ਦੇ ਨਾਲ ਇੱਥੋਂ ਫਰਾਰ ਹੋ ਗਈ। ਸਾਡੀ ਤਫਤੀਸ਼ ਜਿਹੜੀ ਜਾ ਰਹੀ ਆ, CDR ਵਗੈਰਾ ਅਸੀਂ ਪੁਆਈ ਹੋਈ ਆ, ਉਹਨਾਂ ਦੀ ਲੋਕੇਸ਼ਨ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਵੀ ਜਦੋਂ ਕਿਸੇ ਨੂੰ ਆਪਾਂ ਘਰ ਦੇ ਕੰਮ ਵਾਸਤੇ ਰੱਖਦੇ ਹਾਂ ਅਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਲੋਕੇਸ਼ਨ